ਉਪਰੰਤ ਬੜੇ ਹੀ ਸਤਿਕਾਰਯੋਗ ਸਿੱਖ ਸਾਹਿਬ ਗਿਆਨੀ ਗੁਰਦੇਵ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਕਲਗੀ ਦਾ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਦੇ ਨਾਲ ਸਤਿਗੁਰੂ ਜੀ ਦੀ ਸਿਫਤ ਮਹਿਮਾ ਕਰਦੇ ਹੋਏ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕੀਤਾ। ਆਓ ਪੌਣੇ 2 ਵਜੇ ਤੱਕ ਦਾ ਸਮਾਂ ਸਟੇਜ ਸਕੱਤਰ ਸਾਹਿਬ ਵੱਲੋਂ 10 ਨੂੰ ਹੁਕਮ ਹੋਇਆ ਹੈ, ਆਪ ਸੰਗਤਾਂ ਦੇ ਜੋੜੇ ਝਾੜਨ ਦਾ ਯਤਨ ਕਰਨਾ ਹੈ। ਆਪਾਂ ਸਾਰਿਆਂ ਨੇ ਰਲ ਮਿਲ ਕੇ ਕਲਗੀ ਦਾ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀਆਂ ਵਡਿਆਈਆਂ ਕਰਨ ਦਾ ਯਤਨ ਕਰਨਾ ਹੈ। ਆਪ ਦੀ ਬੜੇ ਸਤਿਕਾਰਯੋਗ ਮਾਈ ਮਾਈਆਂ ਵੀਰ ਭੈਣਾਂ ਬਜ਼ੁਰਗ ਸਾਰੇ ਗੁਰੂ ਕੇ ਦੀਵਾਨ ਵਿੱਚ ਸੱਜ ਬੈਠੇ ਹੋ, ਆਸੀਸ ਦਿੰਦੇ ਹੋਏ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਓ। ਅਦਬ ਸਤਿਕਾਰ ਸਾਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂ ਜਿਹੜੇ ਵੀ ਕੁਰਸੀਆਂ 'ਤੇ ਬੈਠੇ ਨੇ ਜਾਂ ਭੈਣਾਂ ਬੀਬੀਆਂ, ਜੇ ਸਰੀਰਕ ਕੋਈ ਪ੍ਰੋਬਲਮ ਹੈ, ਕੋਈ ਲੱਕ ਗੋਡੇ ਦੁਖਦੇ ਨੇ, ਆਪ 'ਚ ਬੈਠੋ। ਜਿਹੜੇ ਵੀਰ ਨਰੋਏ ਨੇ, ਬਿਲਕੁਲ ਤੰਦਰੁਸਤ ਨੇ, ਜੇ ਉਹ ਵੀ ਕੋਈ ਕੁਰਸੀ 'ਤੇ ਬੈਠਾ ਅਤੇ ਮਾਤ ਕਰਿਓ, ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਕਿਰਪਾ ਕਰਕੇ ਗੁਰੂ ਕੇ ਦੀਵਾਨ ਵਿੱਚ ਧਰਤੀ 'ਤੇ ਸੱਜਣ ਦੀ ਕਿਰਪਾਲਤਾ ਕਰਿਓ। ਫਤਿਹ ਆਪ ਜੀ ਨੇ ਬਹੁਤ ਢਿੱਡੀ ਬੁਲਾਈ ਹੈ। ਇੱਕ ਗੁਰਮੁਖ ਦੇ ਬਚਨ ਮੈਂ ਆਪ ਜੀ ਨਾਲ ਸਾਂਝੇ ਕਰਾਂ। ਉਹ ਕਹਿੰਦਾ, ਫਤਿਹ ਜਿਹੜੀ ਹੈ ਨਾ, ਕਲਗੀ ਤਾਂ ਸੱਚੇ ਪਾਤਸ਼ਾਹ ਜੀ ਦੀ ਅਸੀਸ ਹੈ। ਜਦੋਂ ਅਸੀਂ ਫਤਿਹ ਬੁਲਾਉਂਦੇ ਹਾਂ ਨਾ, ਇਹਦੇ 'ਚੋਂ 2 ਚੀਜ਼ਾਂ ਮਿਲਦੀਆਂ। ਫਤਿਹ ਬੁਲਾਈਏ, 2 ਚੀਜ਼ਾਂ ਮਿਲਦੀਆਂ, ਇੱਕ ਸਿਮਰਨ, ਦੂਸਰਾ ਸਮਰਪਣ। ਇੱਕ ਸਿਮਰਨ ਅਤੇ ਦੂਸਰਾ ਸਮਰਪਣ। ਜਦੋਂ ਅਸੀਂ ਕਹਿੰਦੇ ਹਾਂ ਵਾਹਿਗੁਰੂ, ਇਹ ਹੈ ਸਿਮਰਨ। ਜਦੋਂ ਵਾਹਿਗੁਰੂ ਆਖੀਦਾ, ਇਹ ਸਿਮਰਨ ਹੈ। ਜਦੋਂ ਕਹਾਂਗੇ ਜੀ ਕਾ ਖਾਲਸਾ, ਇਹ ਸਮਰਪਣ ਹੈ। ਵਾਹਿਗੁਰੂ ਸਿਮਰਨ ਹੈ, ਵਾਹਿਗੁਰੂ ਜੀ ਕਾ ਜਿਹੜਾ ਖਾਲਸਾ ਹੈ, ਇਹ ਖਾਲਸਾ ਵਾਹਿਗੁਰੂ ਦਾ ਹੈ, ਇਹ ਸਮਰਪਣ ਹੈ। ਵਾਹਿਗੁਰੂ ਸਿਮਰਨ ਹੈ, ਜੀ ਕਾ ਖਾਲਸਾ ਸਮਰਪਣ ਹੈ, ਵਾਹਿਗੁਰੂ ਜਿਹੜਾ ਉਹ ਸਿਮਰਨ ਹੈ ਅਤੇ ਜੀ ਕੀ ਫਤਿਹ, ਇਹ ਸਮਰਪਣ ਹੈ। ਜਦੋਂ ਅਸੀਂ ਫਤਿਹ ਬੁਲਾਉਂਦੇ ਹਾਂ, 2 ਵਾਰ ਇੱਕ ਬੰਦਾ ਫਤਿਹ ਬੁਲਾਉਂਦਾ, 2 ਵਾਰ ਸਿਮਰਨ ਕਰਦਾ ਹੈ। ਤੁਸੀਂ ਸੈਂਕੜੇ ਬੈਠੇ ਹੋ, ਜਦੋਂ ਤੁਸੀਂ ਅੱਗੇ ਵਾਹਿਗੁਰੂ ਕਹਿ ਕੇ ਫਤਿਹ ਬੁਲਾਓਗੇ ਤਾਂ 1 ਸੈਂਕੜੇ ਵਾਰ ਸਿਮਰਨ ਹੋ ਜਾਏਗਾ ਅਤੇ 1 ਸੈਂਕੜੇ ਵਾਰ ਸਾਰਿਆਂ ਦਾ ਸਮਰਪਣ ਹੋਏਗਾ। ਇੱਕ ਗੁਰਮੁਖ ਨੇ ਬੜੇ ਪਿਆਰੇ ਬਚਨ ਆਖੇ, ਕਹਿੰਦਾ ਜਦੋਂ ਗੁਰਸਿੱਖ ਨੂੰ ਮਿਲੇ ਫਤਿਹ ਬੁਲਾਵੇ ਤੇ ਕੀ ਖੇਡ ਵਰਤਦੀ ਹੈ। ਕਹਿੰਦਾ ਕਿ 4 ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ 100 ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਉਸ ਗੁਰਮੁਖ ਨੇ ਬੜੇ ਪਿਆਰੇ ਬਚਨ ਆਖੇ, ਫਤਿਹ ਦੀ ਗੱਲ ਕਰਦੇ ਹੋ, ਕਹਿੰਦਾ ਕਿ 4 ਮਿਲੇ 64 ਖਿਲੇ, ਕਿ 2 ਗੁਰਸਿੱਖ ਆਪਸ ਵਿੱਚ ਜਦੋਂ ਮਿਲੇ ਤੇ ਦੋਵਾਂ ਦੇ 2 ਨੇਤਰ ਨੇ, ਤੇ ਦੋਵੇਂ ਆਹਮੋ ਸਾਹਮਣੇ ਹੋਏ, ਦੋਵਾਂ ਦੇ 2 ਨੇਤਰ ਮਿਲੇ, ਦੋਵਾਂ ਦੇ 2 ਨੇਤਰ ਭਾਵ 4 ਮਿਲੇ ਤੇ 64 ਖਿਲੇ,
ਦੋਵਾਂ ਦੇ ਮੁੱਖ ਵਿੱਚ ਬੱਤੀ ਬੱਤੀ ਦੰਦ ਨੇ, ਬੱਤੀ ਤੇ ਬੱਤੀ, ਚੌਂਟ ਚੌਂਟ ਦੰਦ ਖਿਲ ਗਏ, ਭਾਵ ਗੁਰਸਿੱਖ ਗੁਰਸਿੱਖ ਨੂੰ ਮਿਲਿਆ ਤੇ ਖੁਸ਼ ਹੋ ਗਿਆ। ਗੁਰਸਿੱਖ ਗੁਰਸਿੱਖ ਨੂੰ ਮਿਲੇ ਤੇ ਮੱਥੇ ਤੇ ਤਿਉੜੀ ਨਾ ਪਾਵੇ। ਮੈਂ ਉਪਦੇਸ਼ਕ ਹੋ ਕੇ ਵੀ ਮੈਂ ਬੇਨਤੀ ਕਰਾਂ, ਮੈਂ ਬਹੁਤ ਛੋਟਾ ਆਪ ਜੀ ਤੋਂ ਬੇਨਤੀ ਕਰਨੀ ਹੈ, ਗੁਰਸਿੱਖ ਗੁਰਸਿੱਖ ਨੂੰ ਮਿਲੇ ਤੇ ਖੁਸ਼ ਹੋ ਜੇ। ਚਾਰ ਮਿਲੇ ਚੌਂਸਠ ਖਿਲੇ, ਮਿਲੇ ਦੀਸ ਕਰ ਜੋੜ। ਸਾਡੇ ਹੱਥ ਦੀਆਂ ਪੰਜ ਉਂਗਲਾਂ, ਦੋ ਗੁਰਸਿੱਖ ਮਿਲੇ ਨੇ, ਦੋਵਾਂ ਦੇ ਦੋ ਦੋ ਹੱਥ ਨੇ, ਦੋਵਾਂ ਦੇ ਦੋ ਦੋ ਹੱਥ ਭਾਵ ਦਸ ਦਾ ਸੁਪਨਾ ਵੀਹ ਹੋ ਗਏ। ਚਾਰ ਮਿਲੇ ਚੌਂਸਠ ਕਿਲੇ, ਮਿਲੇ ਵੀਸ ਕਰ ਜੋੜ। ਹੁਣ ਦੋਨਾਂ ਦੇ ਹੱਥ ਜੁੜ ਕੇ ਜਦੋਂ ਗੁਰਸਿੱਖ ਗੁਰਸਿੱਖ ਨੂੰ ਮਿਲਿਆ ਤੇ ਦੋਨਾਂ ਨੇ ਹੱਥ ਜੋੜੇ ਤੇ ਉਹ ਗੁਰਮੁਖ ਕਹਿੰਦਾ ਜਦੋਂ ਗੁਰਸਿੱਖ ਸੋ ਗੁਰਸਿੱਖ ਮਿਲੇ, ਗੁਰਸਿੱਖ ਗੁਰਸਿੱਖ ਨੂੰ ਮਿਲਿਆ, ਦੋਵਾਂ ਦੇ ਨੇਤਰਾਂ ਚ ਨੇਤਰ ਮਿਲੇ, ਦੋਨਾਂ ਦੇ ਚਿਹਰੇ ਖਿਲ ਗਏ, ਦੋਵਾਂ ਦੇ ਹੱਥ ਜੁੜ ਗਏ ਤੇ ਜਦੋਂ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਉਹ ਗੁਰਮੁਖ ਕਹਿੰਦਾ ਕਿਲੇ ਹੈ ਸਾਤ ਕਰੋੜ, ਤੇ ਜਿਹੜੇ ਪੁਰਾਤਨ ਵਿਦਵਾਨ ਨੇ ਨਾ ਸਾਡੇ ਸਨਾਤਨ ਰਿਸ਼ੀ ਮੁਨੀ, ਉਹ ਕਹਿੰਦੇ ਨੇ ਇੱਕ ਸਰੀਰ ਦੇ ਵਿੱਚ ਸਾਢੇ ਤਿੰਨ ਕਰੋੜ ਰੋਮ ਹੈ। ਆਹ ਜਿਹੜੇ ਨਿੱਕੇ ਨਿੱਕੇ ਵਾਲ ਨੇ ਨਾ, ਉਹ ਕਹਿੰਦਾ ਸਾਢੇ ਤਿੰਨ ਕਰੋੜ ਇੱਕ ਸਰੀਰ ਵਿੱਚ ਰੋਮ ਹੈ। ਜਦੋਂ ਗੁਰਸਿੱਖ ਨੂੰ ਮਿਲਿਆ, ਭਾਵਨਾ ਦੇ ਨਾਲ ਗੁਰੂ ਬਖਸ਼ੀ ਫਤਿਹ ਬੁਲਾਈ, ਕਹਿੰਦਾ ਕਿਲੇ ਹੈ ਸਾਤ ਕਰੋੜ, ਦੋਨਾਂ ਦੇ ਤਨ ਦੇ ਸਾਢੇ ਸਾਢੇ ਤਿੰਨ ਕਰੋੜ ਰੋਮ ਖਿਲ ਗਏ ਤੇ ਗੁਰਸਿੱਖ ਦੇ ਰੋਮ ਰੋਮ ਚੋਂ ਆਵਾਜ਼ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਫਤਿਹ ਬੁਲਾਈਏ, ਫਤਿਹ ਢਿੱਲੀ ਨਹੀਂ ਹੋਣੀ ਚਾਹੀਦੀ, ਫਤਿਹ ਗੱਜ ਕੇ ਬੁਲਾਵੇ। ਅਸੀਂ ਜਿਸ ਗੁਰੂ ਦਾ ਦਿਨ ਬਣਾ ਰਹੇ ਹਾਂ, ਚੇਤੇ ਰੱਖਿਓ ਨੀ ਮੈਦਾਨ ਦੇ ਜੰਗ ਵਿੱਚ ਵੀ ਜੈਕਾਰੇ ਛੱਡੇ, ਉਹਨੇ ਪੁੱਤਰਾਂ ਦੀਆਂ ਲਾਸ਼ਾਂ ਵੇਖ ਕੇ ਵੀ ਢਿੱਲਾ ਨਹੀਂ ਪਹਿਰਾ ਰੱਖਿਆ, ਉਦੋਂ ਵੀ ਚਮਕੌਰ ਦੀ ਗੜੀ ਦੇ ਵਿੱਚ ਖੜ ਕੇ ਜੈਕਾਰੇ ਲਾਈ ਜਾਂਦੇ। ਹੁਣ ਆਪ ਜੀ ਬੜੀ ਕਾਗਰਤਾ ਬਖਸ਼ੋ, ਮੇਰੇ ਤੋਂ ਪਹਿਲਾਂ ਆਪ ਜੀ ਨੇ ਗੁਰਮੁਖਾਂ ਕੋਲੋਂ ਬਚਨ ਸੁਣੇ। ਆਪਾਂ ਕੇਵਲ ਕਲਗੀਧਰ ਸੱਚੇ ਪਾਤਸ਼ਾਹ ਜੀ ਦੀਆਂ ਸਿਫਤਾਂ ਕਰਨੀ ਹੈ। ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ ਕਿ ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ, ਹਰ ਚਾਂਦ ਮੇਰੇ ਖਾਤਮੇ ਪੁਰਜੋਰ ਕਰਮ ਹੈ, ਲਿਖੋ ਸਤ ਗੁਰੂ ਕੇ ਵਸਬ ਕਹਾਂ ਤਾਵੇ ਰਕਮ ਹੈ। ਅੱਲਾ ਯਾਰ ਖਾਂ ਜੋਗੀ ਕਹਿੰਦਾ ਇਕਾਂਤ ਸਿੱਖਿਆ ਬੁਲਬੁਲਾ ਕੋ ਬਹਿਰ ਕੋ ਦੇਖੇ, ਸਾਹਿਬ ਕੋ ਜਾਂ ਮੰਝ ਧਾਰ ਕੋ ਜਾਂ ਲਹਿਰ ਕੋ ਦੇਖੇ। ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੀਆਂ ਕਿੰਨੀਆਂ ਕੁ ਸਿੱਖਾਂ ਮੈਂ ਲਿਖਾਂ। ਇਹ ਸੱਚ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਨੇ, ਵਸੁਧਾ ਕਾਗਜ਼ ਜੋ ਕਰੋ ਕਲਮ ਕਰੋ ਬਨ ਰਾਏ। ਸਤਿਗੁਰੂ ਜੀ ਕਹਿੰਦੇ ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨ ਰਾਏ, ਵਸੁਧਾ ਕਾਗਜ਼ ਜੋ ਕਰੋ ਖਾਰ ਜਸ ਲਿਖਣ ਨਾ ਜਾਏ। ਤੇ ਗੁਰੂ ਗੋਬਿੰਦ ਸਿੰਘ ਉਸੇ ਘੜੀ ਦਾ ਰੂਪ ਹੈ ਜਿਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਦੀ ਸਿਫਤ ਬਿਆਨ ਨਹੀਂ ਕੀਤੀ ਜਾ ਸਕਦੀ। ਤੇ ਗੁਰੂ ਗੋਬਿੰਦ ਸਿੰਘ ਠੀਕ ਹੈ, ਸਟੇਜ ਸੈਕਟਰੀ ਸਾਹਿਬ ਨੇ ਜਿੰਨਾ ਸਮਾਂ ਦਿੱਤਾ ਮੁਬਾਰਕ ਹੈ, ਪਰ ਬੇਨਤੀ ਕਰਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਦੀਆਂ ਵਡਿਆਈਆਂ ਕਰਨ ਵਾਸਤੇ ਇੱਕ ਜਨਮ ਕਈ ਜਨਮ ਲੈ ਕੇ ਵੀ ਬੰਦਾ ਗੁਰੂ ਦੀ ਵਡਿਆਈ ਕਰੇ ਤੇ ਗੁਰੂ ਗੋਬਿੰਦ ਸਿੰਘ ਦੀ ਸਿਫਤ ਹੋ ਨਹੀਂ ਸਕਦੀ। ਅੱਲਾ ਯਾਰ ਖਾਂ ਜੋਗੀ ਕਹਿੰਦਾ ਇਕਾਂਤ ਸਿੱਖਿਆ ਬੁਲਬੁਲਾ ਕੁੱਲ ਬਹਿਰ ਕੋ ਦੇਖੇ। ਕਹਿੰਦਾ ਸਾਗਰ ਦੇ ਵਿੱਚ ਇੱਕ ਬੁਲਬੁਲਾ ਉੱਠਿਆ ਤੇ ਉਸ ਬੁਲਬਲੇ ਨੇ ਜਦੋਂ ਸਮੁੰਦਰ ਵੱਲ ਧਿਆਨ ਮਾਰਿਆ ਤੇ ਉਸ ਬੁਲਬਲੇ ਨੂੰ ਬੜੀ ਸ਼ਰਮ ਆਈ, ਸ਼ਰਮਿੰਦਾ ਹੋਇਆ। ਕਿਉਂ?
ਉਹ ਸੋਚਦਾ ਹੁਣ ਮੈਂ ਸਾਗਰ ਦੀ ਡੂੰਘਾਈ ਵੇਖਾਂ, ਸਾਗਰ ਦਾ ਜਿਹੜਾ ਉਹ ਵਿਸ਼ਾਲਤਾ ਵੇਖਾਂ ਕਿ ਸਾਗਰ ਦੀਆਂ ਲਹਿਰਾਂ ਵੇਖਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ, ਸਤਿਗੁਰੂ ਜੀ ਦੇ ਜਿੰਨੇ ਕੁ ਗੁਣ ਨੇ ਉਹਨਾਂ ਨੂੰ ਮਾਫ਼ ਕਰਿਓ ਦੇ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਧਰਮ ਦੀ ਗੱਲ ਕਰੀਏ, ਗੁਰੂ ਗੋਬਿੰਦ ਸਿੰਘ ਵਰਗਾ ਧਰਮੀ ਕੋਈ ਨਹੀਂ। ਏਦਾਂ ਦਾ ਕਿਹੜਾ ਧਰਮੀ ਦੁਨੀਆਂ ਦੇ ਤਖ਼ਤੇ ਤੇ ਕਿਸੇ ਦੂਜੇ ਦੇ ਧਰਮ ਵਾਸਤੇ ਆਪਣੇ ਪਿਤਾ ਦਾ ਸਿਰ ਕੁਰਬਾਨ ਕਰਦੇ? ਕੋਈ ਹੈ ਧਰਮੀ? ਕਰਮ ਵੀਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਕਰਮ ਕੇ ਸੂਰੇ, ਜਿਹੜੇ ਕਰਮ ਨੂੰ ਹੱਥ ਪਾਇਆ ਸਤਿਗੁਰੂ ਨੇ ਉਹਨੂੰ ਸੰਪੂਰਨ ਕੀਤਾ। ਦਾਨ ਦੀ ਗੱਲ ਕਰੀਏ, ਗੁਰੂ ਗੋਬਿੰਦ ਸਿੰਘ ਵਰਗਾ ਦਾਨੀ ਕੋਈ ਨਹੀਂ। ਮਾਫ਼ ਕਰਿਓ, ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਨੁੱਖਤਾ ਦੇ ਭਲੇ ਵਾਸਤੇ ਸਰਬੰਸ ਦਾਨ ਕਰ ਦੇਣਾ। ਲੋਕ ਧਨ ਦਾਨ ਕਰਦੇ ਨੇ, ਲੋਕ ਜ਼ਮੀਨ ਜਾਇਦਾਦ ਦਾਨ ਕਰਦੇ ਨੇ। ਮਾਫ਼ ਕਰਿਓ, ਦਾਨ ਕਰਨ ਵਾਲੇ ਬੜੇ ਬੜੇ ਦੁਨੀਆਂ ਤੇ ਸੋਨਾ ਚਾਂਦੀ, ਬੜੇ ਬੜੇ ਕੀਮਤੀ ਪਦਾਰਥ, ਪਰ ਐਸਾ ਦੁਨੀਆਂ ਤੇ ਕੋਈ ਨਹੀਂ ਜਿਹੜਾ ਮਨੁੱਖਤਾ ਦੀ ਝੋਲੀ ਵਿੱਚ ਆਪਣਾ ਸਾਰਾ ਸਰਬੰਸ ਪਾ ਦੇ ਕਿ ਮਨੁੱਖਤਾ ਦਾ ਭਲਾ ਹੋਵੇ। ਮੈਂ ਆਪਣੇ ਪੁੱਤਾਂ ਦੇ ਸੀਸ ਕਟਾਉਣ ਲਈ ਤਿਆਰ ਹਾਂ। ਦਾਨੀ ਗੁਰੂ ਗੋਬਿੰਦ ਸਿੰਘ ਵਰਗਾ, ਮਾਫ਼ ਕਰਿਓ, ਮੈਂ ਇੱਕ ਬੇਨਤੀ ਕਰਾਂ। ਕਲਗੀਧਰ ਸੱਚੇ ਪਾਤਸ਼ਾਹ ਦਾਸ ਤੋਂ ਪਹਿਲਾਂ ਵੀ ਭਾਈ ਸਾਹਿਬ ਬੇਨਤੀ ਕਰ ਰਹੇ ਸੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਐਸਾ ਦਾਤਾ ਹੈ, ਇਹਦੇ ਚਰਨਾਂ ਵਿੱਚ ਜਿੱਦਾਂ ਵੀ ਭਾਵਨਾ ਲੈ ਕੇ ਆਓਗੇ ਨਾ, ਸਤਿਗੁਰੂ ਝੋਲੀਆਂ ਭਰ ਕੇ ਤੋਰਨਗੇ। ਸਤਿਗੁਰੂ ਜੀ ਦੇ ਸਨਮੁਖ ਆਪ ਜੀ ਜਾਣਦੇ ਹੋ 52 ਕਵੀ ਹਰ ਵੇਲੇ ਹਾਜ਼ਰ ਰਹੇ, ਬਕਾਇਦਾ ਕਵੀ ਦਰਬਾਰ ਸੱਜਦੇ ਰਹੇ। ਪੌਂਟੇ ਦੀ ਧਰਤੀ ਤੇ ਦੀਵਾਨ ਕਵੀ ਦਰਬਾਰ ਸੱਜੇ ਅਨੰਦਪੁਰ ਮੱਕੀ ਜੰਗਲ ਦੇ ਵਿੱਚ। ਚਲੋ ਬੇਨਤੀ ਕਰਾਂ, ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਸੱਜਿਆ। ਇੱਕ ਕਵੀ ਆਉਂਦਾ ਹੈ, ਇਹਦਾ ਨਾਮ ਹੈ ਹੀਰ। ਹੀਰ ਕਵੀ ਆਇਆ, ਜਿਵੇਂ ਸਾਡੇ ਸੈਕਟਰੀ ਸਾਹਿਬ ਨੇ ਉਹਨੂੰ ਆ ਕੇ ਸਟੇਜ ਸੈਕਟਰੀ ਨੂੰ ਕਹਿੰਦਾ ਹੈ ਕਿ ਮੈਂ ਵੀ ਕੋਈ ਕਵਿਤਾ ਪੜ੍ਹਨੀ ਹੈ ਅਤੇ ਤੂੰ ਕਿਰਪਾ ਕਰਕੇ ਮੈਨੂੰ ਵੀ ਥੋੜ੍ਹਾ ਸਮਾਂ ਦੇ। ਸਟੇਜ ਸੈਕਟਰੀ ਸਾਹਿਬ ਕਹਿਣ ਲੱਗਿਆ, ਜਿਹੜਾ ਸਕੱਤਰ ਸੀ ਉਹ ਕਹਿੰਦਾ ਕਿ ਵੇਖ, ਸਮਾਂ ਬਹੁਤ ਥੋੜ੍ਹਾ, ਕਵੀ ਬਹੁਤ ਨੇ ਅਤੇ ਤੈਨੂੰ ਸਮਾਂ ਨਹੀਂ ਦਿੱਤਾ ਜਾ ਸਕਦਾ। ਇਹ ਰੋਣ ਲੱਗ ਪਿਆ, ਉਹਦੇ ਮਨ ਵਿੱਚ ਦਇਆ ਆ ਗਈ, ਕਹਿੰਦਾ ਚੱਲ ਤੈਨੂੰ ਸਮਾਂ ਦੇ ਦਿੱਤਾ, ਇੰਨੇ ਕੁ ਵਕਤ ਨੂੰ ਤੇਰਾ ਸਮਾਂ ਹੈ। ਜਦੋਂ ਇਹਦਾ ਸਮਾਂ ਆਇਆ, ਜਿਹੜਾ ਕਵੀ ਹੀਰ ਸੀ, ਇਹ ਤਾਂ ਮਾਣ ਲੱਗਿਆ ਹੋਇਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿੰਘਾਸਨ ਤੇ ਬਿਰਾਜਮਾਨ ਹੈ। ਇਹ ਜਦੋਂ ਸਟੇਜ ਤੇ ਜਿਵੇਂ ਸਾਹਮਣੇ ਕਵਿਤਾ ਪੜ੍ਹੀ ਜਾਂਦੀ ਸੀ, ਇਹ ਉੱਥੇ ਆਇਆ, ਇਹ ਏਦਾਂ ਹੱਥ ਪੈਰ ਮਾਰਨ ਲੱਗ ਗਿਆ ਜਿਵੇਂ ਪਹਿਲਵਾਨ ਨਾਲ ਘੋੜ ਕਰੀਦਾ। ਇਹ ਹੱਥ ਪੈਰ ਮਾਰਦਾ, ਮਨ ਇੰਜ ਲੱਗਦਾ ਜਿਵੇਂ ਕਿਸੇ ਨਾਲ ਘੋੜ ਕਰ ਰਿਹਾ, ਤੇ ਸਾਰੀ ਸੰਗਤ ਇਹਦੇ ਵੱਲ ਵੇਖ ਕੇ ਹੱਸਣ ਲੱਗ ਪਈ ਕਿ ਇਹ ਕਰਦਾ ਕੀ ਹੈ, ਕਿ ਇੱਧਰ ਸੰਗਤ ਚ ਆ ਕੇ ਤੇ ਕੋਈ ਅਚਾਨਕ ਏਦਾਂ ਦੀ ਹਰਕਤ ਕਰੇ ਤੇ ਧਿਆਨ ਜਾਂਦਾ ਲੋਕਾਂ ਦਾ ਸੁਭਾਅ ਹੋ ਕੇ। ਤੇ ਜਦੋਂ ਇਹ ਇਸ ਤਰ੍ਹਾਂ ਹੱਥ ਪੈਰ ਮਾਰਦਾ ਜਿਵੇਂ ਕਿਸੇ ਪਹਿਲਵਾਨ ਨੂੰ ਲੜੀਦਾ, ਸਾਰੀ ਸੰਗਤ ਹੱਸ ਰਹੀ ਹੈ, ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਬੁਲਾਇਆ, ਕਵੀ ਹੀਰ ਸਾਡੇ ਕੋਲ ਆ। ਇਹ ਕੋਲ ਆਇਆ, ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਕਵੀ ਹੀਰ ਇਹ ਕਰਦਾ ਕੀ ਹੈ? ਕਹਿਣ ਲੱਗਿਆ, ਸਤਿਗੁਰੂ ਅਸਲ ਦੇ ਵਿੱਚ ਮੈਨੂੰ ਇੱਕ ਜਿਹੜਾ ਉਹ ਬਲਾ ਚਮੜੀ ਕੋਈ ਹੈ, ਮੈਨੂੰ ਇੱਕ ਬੜਾ ਵੱਡਾ ਜਿਹੜਾ ਉਹ ਜਿੰਨ ਚਮੜਿਆ ਹੈ, ਤੇ ਸਤਿਗੁਰੂ ਨੇ ਉਹਦੇ ਨਾਲ ਘੋੜ ਪਿਆ ਕਰਦਾ। ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਕਿਹੜਾ ਦਿਨ ਚੰਬੜ ਗਿਆ ਤੈਨੂੰ, ਕਿਹੜਾ ਭੂਤ ਚੰਬੜ ਗਿਆ? ਹਈ ਫੀਰ ਕਵੀ ਹੱਥ ਜੋੜ ਕੇ ਕਹਿੰਦੇ, ਸਤਿਗੁਰੂ ਦਰਿੱਦਰਤਾ ਦਾ ਜਿਹੜਾ ਉਹ ਭੂਤ ਚੰਬੜਿਆ ਮੈਨੂੰ, ਦਰਿੱਦਰਤਾ ਦਾ, ਗਰੀਬੀ ਦਾ। ਸਤਿਗੁਰੂ ਬੜਾ ਗਰੀਬ ਆ,
ਰੋਟੀ ਖਾਣ ਜੋਗਾ ਨਾ ਜੀ, ਘਰ ਦੇ ਵਿੱਚ ਇੱਕ ਵਕਤ ਦੀ ਰੋਟੀ ਪੱਕਦੇ ਫੱਟੇ ਪੁਰਾਣੇ ਕੱਪੜੇ ਪਾ ਕੇ ਗੁਜ਼ਾਰਾ ਕਰਦੇ, ਬਹੁਤ ਗਰੀਬ ਹਾਂ। ਤੇ ਅੱਜ ਮੈਂ ਦਰਿਦਰਤਾ ਦੇ ਉਸ ਪਹਿਲਕਾਲ ਨੂੰ, ਦਰਿਦਰਤਾ ਦੇ ਉਸ ਭੂਤ ਨੂੰ ਕਹਿ ਲਓ, ਉਸ ਜਿੰਨ ਨੂੰ ਵਿਗਾੜਿਆ ਹੈ, ਮੈਂ ਉਹਦੇ ਨਾਲ ਘੋਲ ਕਰ ਰਿਹਾ। ਕਿਉਂ? ਕਲਗੀ ਤਾਂ ਸੱਚੇ ਪਾਤਸ਼ਾਹ ਕਹਿੰਦੇ, ਇਹਦਾ ਕੀ ਕਾਰਨ? ਤੇ ਕਵੀ ਕੀਰ ਕਹਿੰਦੇ, ਸਤਿਗੁਰੂ ਨੂੰ ਇੱਕ ਕਵਿਤਾ ਕਵਾਂ? ਸਤਿਗੁਰੂ ਕਹਿੰਦੇ, ਕਹਿ। ਕਵੀ ਕੀਰ ਨੇ ਉੱਤੇ ਬਚਨਾ ਕੇ, ਦਾਲ ਦੇਖੋ ਪੂਤ ਤੇਰੋ ਮਰਨੋ ਬਣੇ ਖਿਆਦ, ਕਰਕੇ ਸਲਾਮ ਵਿਦਾ ਪੁਜੋ ਕਵੀ ਹੀਰ ਸੋ, ਨਾਤਰ ਗੋਬਿੰਦ ਸਿੰਘ ਵਿਲਕ ਕਰੇਂਗੇ ਤੋਹੇ। ਕਹਿੰਦੇ, ਤੂਕ ਟੁਕ ਮੈਂ ਗਾਡੇ ਤਾਂਡਣ ਕੇ ਤੀਰ ਸੋ। ਕਵੀ ਕੀਰ ਕਹਿ ਰਿਹਾ ਸੀ, ਇਹ ਦਰਿਦਰਤਾ ਦੇ ਪੂਤ ਅੱਜ ਮੇਰਾ ਖੇੜਾ ਛੱਡ ਦੇ, ਅੱਜ ਮੈਂ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਵਿੱਚ ਆ ਗਿਆ। ਤੇ ਗੁਰੂ ਗੋਬਿੰਦ ਸਿੰਘ ਉਹ ਦਾਤਾ ਹੈ ਜਿਹੜਾ ਆਪਣੇ ਦਾਣ ਤੇ ਤੀਰ ਮਾਰ ਮਾਰ ਕੇ ਤੈਨੂੰ ਨਿਧਾਲ ਕਰ ਦੇਗਾ, ਤੇਰਾ ਵਿਨਾਸ਼ ਕਰ ਦੇਗਾ। ਤੇ ਚੰਗਾ ਹੋਏਗਾ ਜੇ ਤੂੰ ਅੱਜ ਮੈਨੂੰ ਸਲਾਮ ਕਰਕੇ ਮੇਰਾ ਖਹਿੜਾ ਛੱਡ ਦੇ, ਕਿਉਂਕਿ ਅੱਜ ਮੇਰਾ ਦਾਤਾ ਗੁਰੂ ਗੋਬਿੰਦ ਸਿੰਘ ਮੇਰੇ ਆਪ ਨੂੰ ਭਰ ਦੇਗਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤ ਲੰਮੀ ਕਵਿਤਾ ਰਚੀ, ਸਾਰੀ ਸੁਣਾਈ। ਸਤਿਗੁਰ ਬੜੇ ਪ੍ਰਸੰਨ ਹੋ ਕੇ ਖਜਾਨ ਜੀ ਨੂੰ ਕਹਿੰਦੇ ਨੇ, ਜਿੰਨਾ ਇਹਦਾ ਭਾਰ ਹੈ ਇਹਦੇ ਬਰਾਬਰ ਤੋੜ ਕੇ ਇਹਨੂੰ ਧੰਨ ਲਓ, ਇਹ ਗੁਰੂ ਗੋਬਿੰਦ ਸਿੰਘ ਦੇ ਘਰੋਂ ਖਾਲੀ ਨਹੀਂ ਮੁੜਨਾ ਚਾਹੀਦਾ। ਇਹ ਐਸਾ ਦਾਤਾ ਹੈ ਜਿਹੜੀ ਦਾਤ ਦੀ ਅਰਦਾਸ ਲੈ ਕੇ ਆਓਗੇ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਗੁਰੂ ਗੋਬਿੰਦ ਸਿੰਘ ਝੋਲੀਆਂ ਭਰ ਕੇ ਤੋਰੇਗਾ। ਰੋਗ ਚਾਰ ਗੁਰੂ ਗੋਬਿੰਦ ਸਿੰਘ ਵਰਗਾ ਗਾਂਧੀ ਕੋਈ ਨਹੀਂ, ਦਯਾਵਾਨ ਕੋਈ ਨਹੀਂ, ਗੁਰੂ ਗੋਬਿੰਦ ਸਿੰਘ ਵਰਗਾ ਵਿਦਵਾਨ ਕੋਈ ਨਹੀਂ। ਸਤਿਗੁਰੂ ਜੀ ਕਿੱਡੇ ਵਿਦਵਾਨ ਨੇ, ਕਿਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਪੜ੍ਹ ਕੇ ਵੇਖੋ, ਇਕੱਲੇ ਜਾਪ ਸਾਹਿਬ ਦੇ ਵਿੱਚ ਸਤਿਗੁਰੂ ਨੇ ਕਿੰਨੀਆਂ ਭਾਸ਼ਾ ਵਰਤੀਆਂ, ਅਰਬੀ, ਫਾਰਸੀ, ਉਰਦੂ, ਕਲਗੀ ਤਰ ਸੱਚੇ ਪਾਦੇਵ ਨਾਗਰੀ, ਕਲਗੀ ਤਰ ਸੱਚੇ ਪਾਤਸ਼ਾਹ। ਸਤਿਗੁਰੂ ਜੈਸਾ ਵਿਦਵਾਨ ਕੋਈ ਨਹੀਂ, ਪਰਉਪਕਾਰੀ ਕੋਈ ਨਹੀਂ, ਤੇ ਗੁਰੂ ਗੋਬਿੰਦ ਸਿੰਘ ਵਰਗਾ ਮੈਦਾਨੇ ਜੰਗ ਦੇ ਵਿੱਚ ਯੋਧਾ ਕੋਈ ਨਹੀਂ। ਤੇ ਜੇ ਗੁਰੂ ਗੋਬਿੰਦ ਸਿੰਘ ਦੇ ਪਿਆਰ ਦੀਆਂ ਖੇਡਾਂ ਵੇਖੋਗੇ ਤੇ ਸੱਚ ਕਰਕੇ ਜਾਣੇ, ਗੁਰੂ ਗੋਬਿੰਦ ਸਿੰਘ ਵਰਗਾ ਪਿਆਰ ਕਰਨ ਵਾਲਾ ਕੋਈ ਨਹੀਂ। ਭਾਵੇਂ ਉਹ ਰੱਬ ਦੇ ਪਿਆਰ ਦੀ ਗੱਲ ਹੈ, ਭਾਵੇਂ ਮਨੁੱਖਤਾ ਦੇ ਪਿਆਰ ਦੀ ਗੱਲ, ਤੇ ਚਾਹੇ ਗੁਰਸਿੱਖਾਂ ਦੇ ਪਿਆਰ ਵੱਲ ਤੱਕਿਓ, ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਨੂੰ ਵੇਖੋਗੇ ਤੇ ਸਤਿਗੁਰੂ ਅਕਾਲ ਪੁਰਖ ਨੂੰ ਕਿੰਨਾ ਪਿਆਰ ਕਰਦੇ। ਆਪਣੀ ਜੀਵਨ ਗਾਥਾ ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਕਲਗੀ ਤਰ ਸੱਚੇ ਪਾਤਸ਼ਾਹ ਅੱਗੇ ਜਾ ਕੇ ਕਹਿੰਦੇ ਨੇ ਕਿ ਚੇਤਨਾ ਭਇਓ ਖਬਰੋਂ ਆਵਣ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨ ਚਰਨ ਮੈਂ, ਕਿ ਮੇਰੀ ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਚੁਭੀ ਹੋਈ ਸੀ ਤੇ ਸੁਰਤ ਉਹਦੇ ਚਰਨਾਂ ਵਿੱਚ ਚੁਭਦੀ ਹੈ ਜਿਹਦੇ ਨਾਲ ਪਿਆਰ ਹੋਵੇ। ਪਰਮਾਤਮਾ ਨਾਲ ਕਿੰਨਾ ਪਿਆਰ, ਤੇ ਜਦੋਂ ਸਤਿਗੁਰੂ ਨੇ ਸਾਨੂੰ ਉਪਦੇਸ਼ ਦੇ ਕੇ ਆਖਿਆ ਤੇ ਕਲਗੀ ਤਾਂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਉਪਦੇਸ਼ ਦਿੰਦਿਆਂ, ਮਨੁੱਖਤਾ ਨੂੰ ਉਪਦੇਸ਼ ਦਿੰਦਿਆਂ ਵੀ ਪਰਮਾਤਮਾ ਦੇ ਪਿਆਰ ਦੀ ਗੱਲ ਕੀਤੀ। ਸਤਿਗੁਰੂ ਕਹਿਣ ਲੱਗੇ, ਜਾਗਤ ਜੋਤ ਜਪੈ ਦਿਸ ਬਾਸੁਰ, ਇੱਕ ਬਿਨਾ ਮਨ ਨਹਿਕ ਨਾ ਨੈ ਪੂਰਨ ਪ੍ਰੇਮ ਪ੍ਰਤੀਤ ਸਜੈ, ਵਰਤ ਗੋਰ ਮਣੀ ਮਟ ਭੂਲ ਨਾ ਮਾਨੈ। ਸਤਿਗੁਰੂ ਕਹਿੰਦੇ, ਜਾਗਤ ਜੋਤ ਪਰਮਾਤਮਾ ਦਾ ਨਾਮ ਜਪੀ ਤੇ ਉਹਦੇ ਨਾਲ ਪੂਰਨ ਪ੍ਰੇਮ ਕਰੀ, ਪਰਮਾਤਮਾ ਨੂੰ ਪਿਆਰ ਕਰੀ। ਸਤਿਗੁਰੂ ਜੀ ਦੇ ਬਚਨ ਆਪਾਂ ਪੜ੍ਹਦੇ ਤਾਂ ਪ੍ਰਸਾਦ ਸਹੀਏ ਬਚਨ ਪੜ੍ਹਦੇ ਨਾ, ਤੇ ਸਤਿਗੁਰੂ ਕਹਿੰਦੇ ਨੇ, ਕਹਾਂ ਭਇਓ ਜੋ ਦੋ ਵਚਨ ਮੂੰਦ ਕੈ, ਬੈਠ ਰਹੋ ਪਰ ਧਿਆਨ ਲਗਾਇਓ, ਨਹਾਤ ਫਿਰਿਓ ਨਿਸਵਾਰਥ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ,
ਵਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਜੈਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲਿਓ ਸਫੈ ਜਿਨ ਪ੍ਰੇਮ ਕੀਓ ਇਹ ਨਹੀਂ ਪ੍ਰਭ ਪਾਇਓ ਜੇ ਰੱਬ ਨੂੰ ਪਾਉਣਾ ਤੇ ਉਹਨੂੰ ਪਿਆਰ ਕਰ ਸਤਿਗੁਰ ਕਹਿੰਦੇ ਜਾਗਤ ਜੋਤ ਜਪੈ ਜਿਸ ਵਸਤੂ ਏਕ ਬਿਨਾ ਨਾ ਲੈਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਰਤ ਗੋਰ ਬੜੀ ਮਟ ਭੂਲ ਨਾ ਮਾਨੈ ਤੇ ਸਤਿਗੁਰ ਕਹਿੰਦੇ ਸੀਰਤ ਦਾਨ ਦਇਆ ਤਪ ਸੰਜਮ ਏਕ ਬਿਨਾ ਨਾ ਲੈਕ ਨਾ ਆਨੈ ਪੂਰਨ ਜੋਤ ਜਗੇ ਘਟ ਮੈਂ ਤਬ ਖਾਲਸ ਤਹਿ ਖਾਲਸ ਜਾਨੈ ਸਤਿਗੁਰ ਕਹਿੰਦੇ ਉਹ ਪ੍ਰੇਮ ਕਰ ਤੂੰ ਖਾਲਸ ਹੋ ਜਾਏਗਾ ਤੂੰ ਗੁਰੂ ਕਾ ਖਾਲਸਾ ਬਣ ਜਾਏਗਾ ਰੱਬ ਨੂੰ ਪਾਉਣਾ ਤੇ ਕਲਯੁਗ ਦਾ ਸੱਚੇ ਪਾਤਸ਼ਾਹ ਕਹਿੰਦੇ ਪਿਆਰ ਕਰ ਜੇ ਮਨੁੱਖਤਾ ਦੇ ਪਿਆਰ ਦੀ ਗੱਲ ਕਰੋਗੇ ਤੇ ਕਿਹੜਾ ਹੈ ਦੁਨੀਆਂ ਤੇ ਰੱਬਰ ਅੱਲਾ ਯਾਰ ਖਾਂ ਜੋ ਵੀ ਕਹਿੰਦਾ ਹੈ ਕਿ ਕਟਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ ਕਹਿੰਦਾ ਸ਼ਾਮ ਨੇ ਆਪਣੇ ਚੇਲੇ ਮਹਾਭਾਰਤ ਦੇ ਜੰਗ ਵਿੱਚ ਗੀਤਾ ਦਾ ਉਪਦੇਸ਼ ਦੇ ਕੇ ਕਟਵਾਏ ਪਰ ਉਹ ਸਾਰੇ ਨਿੱਜੀ ਸਵਾਰਥ ਨੇ ਲੜੇ ਆਪਣੇ ਨਿੱਜੀ ਘਰਾਣੇ ਆਪਣੇ ਰਾਜ ਭਾਗ ਵੀ ਲੜੇ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਨੁੱਖਤਾ ਦਾ ਪ੍ਰੇਮੀ ਪਹਿਲਾਂ ਮਨੁੱਖਤਾ ਦੀ ਆਜ਼ਾਦੀ ਦੀ ਖਾਤਰ ਪਿਤਾ ਕੁਰਬਾਨ ਕੀਤਾ ਮਨੁੱਖਤਾ ਦੀ ਆਜ਼ਾਦੀ ਦੀ ਖਾਤਰ ਲੜਦਾ ਗਿਆ ਤੇ ਮਨੁੱਖਤਾ ਦੀ ਆਜ਼ਾਦੀ ਦੀ ਖਾਤਰ ਆਖਰ ਆਪਣੇ ਪੁੱਤ ਵੀ ਸ਼ਹੀਦ ਕਰਵਾ ਦਿੱਤੇ ਤੇ ਆਪਣੇ ਸਿੱਖਾਂ ਨੂੰ ਕਿੰਨਾ ਪਿਆਰ ਕਰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੱਲਾ ਯਾਰ ਖਾਂ ਜੋਗੀ ਨੇ ਨਾ ਚਮਕੌਰ ਬਣੀ ਦਾ ਇੱਕ ਨਕਸ਼ਾ ਖਿੱਚਿਆ ਕਹਿੰਦਾ ਜਬ ਡੇਢ ਗੜੀ ਰਾਤ ਗੁਜਰੀ ਜਿਕਰੇ ਖੁਦਾ ਮੇ ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇ ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਦਮੋ ਸੇ ਟਹਿਲ ਦੇਤੇ ਮਗਰ ਦਿਲ ਤਾ ਗੁਆ ਮੇ ਔਰ ਅੱਲਾ ਯਾਰ ਖਾਂ ਜੋਗੀ ਕਹਿੰਦੇ ਕਿਰਪਾਲ ਸੇ ਕਹਿਤੇ ਤੇ ਗੋਇਆ ਰੁਕਰੂ ਹੋ ਕਰ ਕਲ ਜਾਊਂਗਾ ਚਮਕੌਰ ਸੀ ਮੈਂ ਸੁਰਤਰੂ ਹੋ ਕਰ ਤੇ ਜਦੋਂ ਚਮਕੌਰ ਦੀ ਗੜੀ ਵਿੱਚ ਟਹਿਲ ਰਹੇ ਸੀ ਨਾ ਸਤਿਗੁਰੂ ਜੀ ਚਮਕੌਰ ਦੀ ਗੜੀ ਵਿੱਚ ਟਹਿਲ ਰਹੇ ਨੇ ਨੰਗੇ ਪੈਰ ਸਤਿਗੁਰੂ ਨੇ ਜੋੜਾ ਉਤਾਰ ਦਿੱਤਾ ਗੁਰੂ ਕੇ ਸਿੱਖ ਜਿਹੜੇ ਕਈ ਦਿਨਾਂ ਦੇ ਭੁੱਖੇ ਧਿਆਏ ਅੱਜ ਸੱਤ ਪੋਹ ਦੀ ਰਾਤ ਸੀ ਤੇ ਚਮਕੌਰ ਦੀ ਗੜੀ ਵਿੱਚ ਅੱਲਾ ਯਾਰ ਖਾਂ ਜੋ ਵੀ ਕਹਿੰਦਾ ਹੈ ਕੁਛ ਲੇਟ ਗਏ ਜ਼ਮੀਂ ਤੇ ਜੀ ਕੋਸ਼ ਵਿਛਾ ਕਰ ਪਹਿਰਾ ਦੇਣੇ ਲੱਗੇ ਕੁਛ ਤਲਵਾਰ ਕੋ ਖਾ ਕਰ ਗੋਬਿੰਦ ਦੀ ਸ਼ਬਦਾਸ਼ ਦੇ ਖੈਮਾ ਮੈਂ ਜਾ ਕਰ ਦੇਖਾ ਤੋ ਬੈਠੇ ਹੈ ਗਰਦਨ ਕੋ ਝੁਕਾ ਕਰ ਵਾਹਿਗੁਰੂ ਥਾ ਮੁਖ ਸੇ ਨਿਕਲਤਾ ਹੈ ਤੂੰ ਹੀ ਤੂੰ ਮੁਖ ਸੇ ਨਿਕਲਤਾ ਤੇ ਬੇਨਤੀ ਕਰਾ ਇਹਦੀ ਗੁਰੂ ਗੋਬਿੰਦ ਸਿੰਘ ਦੇ ਰੱਬ ਨਾਲ ਪਿਆਰ ਦੀ ਇੱਕ ਝੜਕ ਹੈ ਕਿ ਸਾਰਾ ਕੁਝ ਦਾਤ ਤੇ ਲੱਗਿਆ ਹੋਵੇ ਅਨੰਦਪੁਰ ਉੱਜੜ ਗਿਆ ਹੋਵੇ ਪਰਿਵਾਰ ਵਿਛੜ ਗਿਆ ਹੋਵੇ ਚਮਕੌਰ ਦੀ ਗੜੀ ਨੂੰ ਬਸ ਵੱਕ ਦਾ ਘੇਰਾ ਪਿਆ ਹੋਵੇ ਪਤਾ ਹੋਵੇ ਕਿ ਸਵੇਰੇ ਮੇਰੇ ਪੁੱਤ ਮੇਰੇ ਸਿੱਖ ਸ਼ਹੀਦ ਹੋ ਜਾਣੇ ਨੇ ਤੇ ਤਾਂ ਵੀ ਰੱਬ ਦਾ ਸ਼ੁਕਰਾਨਾ ਕਰ ਲਿਆ ਹੋਵੇ ਬੇਨਤੀ ਕਰਾਂ ਇਹ ਰੱਬੀ ਪਿਆਰ ਦੀ ਇੱਕ ਝੜਕ ਹੈ ਕਿ ਰੱਬ ਨੂੰ ਕਿੰਨਾ ਪਿਆਰ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਉਹ ਚਾਰ ਜਦੋਂ ਸਤਿਗੁਰੂ ਦੀ ਟਹਿਲ ਰਹੇ ਨੇ ਸਾਫੇ ਕਦੀ ਉਠਾਤੇ ਤੇ ਕਦੀ ਸਿੰਘਾਂ ਦੇ ਸਾਫੇ ਦਸਤਾਰੇ ਸਿੱਧੇ ਕਰਦੇ ਨੇ ਘੋੜਿਆਂ ਦੀਆਂ ਕਾਠੀਆਂ ਤੇ ਸਿੱਖਾਂ ਨੇ ਸਿਰ ਰੱਖੇ ਕੋਈ ਸਿਰ ਕਾਠੀ ਤੋਂ ਉੱਲਰੀ ਹੈ ਬੜੇ ਪਿਆਰ ਨਾਲ ਸੀਸੋ ਦਾ ਕਾਠੀ ਤੇ ਧਰਦੇ ਨੇ ਕਦੇ ਸਿੱਖਾਂ ਦੇ ਕੇਸ ਕਿੰਦਰੇ ਨੇ ਜੂੜਾ ਕਰਦੇ ਨੇ ਕਦੇ ਸਤਿਗੁਰੂ ਜੀ ਉਹਨਾਂ ਸਿੱਖਾਂ ਨੂੰ ਬੜੇ ਪਿਆਰ ਨਾਲ ਕੱਟਦੇ ਨੇ ਤੇ ਅੱਲਾ ਯਾਰ ਖਾਂ ਜੋਗੀ ਨੇ ਇੱਕ ਹੋਰ ਗੱਲ ਆਖੀ ਕਹਿੰਦੇ ਗੁਰੂ ਗੋਬਿੰਦ ਸਿੰਘ ਆਪਣੇ ਸਿੱਖਾਂ ਨੂੰ ਨਾ ਬੜੇ ਪਿਆਰ ਨਾਲ ਫਿਰ ਤੱਕਦੇ ਨੇ ਤੇ ਸਿੱਖਾਂ ਦੇ ਕੋਲ ਹੋ ਕੇ ਉਹਨਾਂ ਦੇ ਗਲੇ ਚੁੰਮਦੇ ਨੇ ਅੱਲਾ ਯਾਰ ਖਾਂ ਜੋਗੀ ਦੇ ਬਚਨ ਨੇ ਆਪ ਪੰਕਤੀ ਲਿਖੀ ਹੈ ਨਾ
ਅੱਲਾ ਯਾਰ ਦਾ ਜੋਗੀ ਦੇ ਵਚਨ ਲਿਖੇ ਨੇ, ਉਹ ਕਹਿੰਦਾ ਚੂਮਾ ਕਬੀ ਹਲਕੂਮ ਦਾਇਨ ਚੂਮਣੇ ਬੈਠੇ, ਇਹ ਪਿਆਰ ਹੈ ਗੁਰੂ ਗੋਬਿੰਦ ਸਿੰਘ ਦਾ ਸਿੱਖਾਂ ਨਾਲ ਸਾਡੇ ਨਾਲ। ਕਹਿੰਦਾ ਚੂਮਾ ਕਬੀ ਹਲਕੂਮ, ਜਿਹੜਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਨਾ ਕਦੇ ਸਿੱਖਾਂ ਦੇ ਗਲੇ ਚੁੰਮਦਾ ਹੈ ਕਿ ਕੱਲ ਮੇਰੇ ਪਿਆਰੇ ਸਿੱਖਾਂ ਨੇ ਇਸ ਗਲੇ ਤੇ ਤਲਵਾਰਾਂ ਦੇ ਪੱਟ ਸਹਿਣੇ। ਚੂਮਾ ਕਬੀ ਹਲਕੂਮ ਦਹਿਣ ਚੁੰਮਣੇ ਬੈਠੇ, ਦਹਿਣ ਕਹਿੰਦੇ ਚਿਹਰੇ ਨੂੰ, ਤੇ ਕਦੇ ਆਪਣੇ ਸਿੱਖਾਂ ਦੇ ਚਿਹਰੇ ਚੁੰਮਦੇ ਨੇ। ਅੱਲਾ ਯਾਰ ਤਾਂ ਜੋਗੀ ਬੜੀ ਭਾਵਨਾ ਵਿੱਚ ਭੇਜ ਕੇ ਕਹਿੰਦਾ ਕਿ ਪਾਈਂਦੀ ਆਏ ਤੇ ਚਰਨ ਚੁੰਮਣੇ ਬੈਠੇ ਸਿੱਖਾਂ ਨੂੰ ਇੰਨਾ ਪਿਆਰ। ਅੱਲਾ ਯਾਰ ਤਾਂ ਜੋਗੀ ਕਹਿੰਦਾ ਕਿ ਸਤਿਗੁਰੂ ਸਿੱਖਾਂ ਦੇ ਚਰਨਾਂ ਵਾਲੇ ਪਾਸੇ ਆਏ, ਆਪਣੇ ਸਿੱਖਾਂ ਦੇ ਚਰਨ ਵੀ ਚੁੰਮੜੇ, ਦੁਨੀਆਂ ਦੇ ਤਖਤੇ ਤੇ ਐਸਾ ਕੋਈ ਨਹੀਂ। ਇਹ ਕਹਿਣਾ ਪਿਆ ਅੱਲਾ ਯਾਰ ਖਾਨ ਨੂੰ, ਪਾਸ਼ਾ ਕਿਸੇ ਮੁਰਸ਼ਦ ਮੇ ਜੇ ਇਸ਼ਾਰ ਨਹੀਂ ਹੈ, ਕਹਿੰਦਾ ਕਿਸੇ ਮੁਰਸ਼ਦ ਦੇ ਵਿੱਚ ਪਰਉਪਕਾਰ ਦੀ ਐਸੀ ਭਾਵਨਾ ਮੈਂ ਨਹੀਂ ਵੇਖੀ ਅੱਜ ਤੱਕ। ਕਿ ਅੱਲਾ ਯਾਰ ਖਾਨ ਜੋਗੀ ਦੇ ਸ਼ਬਦ ਨੇ ਇੱਕ ਮੁਸਲਮਾਨ ਕਵੀ ਇਹ ਗੱਲ ਕਹਿੰਦੇ ਹੈ, ਪਾਸ਼ਾ ਕਿਸੇ ਮੁਰਸ਼ਦ ਮੇ ਜੇ ਇਸ਼ਾਰ ਨਹੀਂ ਹੈ, ਇਹ ਪਿਆਰ ਮਰੀਦੋ ਸੇ ਕਿਸੇ ਪੀਰ ਮੇ ਜਨਹਾਰ ਨਹੀਂ ਹੈ। ਕਹਿੰਦਾ ਕਿਸੇ ਪੀਰ ਦੇ ਵਿੱਚ ਆਪਣੇ ਮੁਰੀਦਾਂ ਨੂੰ ਇਹ ਪਿਆਰ ਮੈਂ ਅਜੇ ਤੱਕ ਵੇਖਿਆ ਹੀ ਨਹੀਂ। ਕਹਿੰਦੇ ਵੇਖਣਾ ਤੇ ਇੱਕ ਪਾਸੇ ਸੁਣਿਆ ਵੀ ਨਹੀਂ, ਇਹ ਗੁਰੂ ਗੋਬਿੰਦ ਸਿੰਘ ਦਾ ਪਿਆਰ ਹੈ, ਫਿਰ ਸਿੱਖਾਂ ਦਾ ਪਿਆਰ ਗੁਰੂ ਗੋਬਿੰਦ ਸਿੰਘ ਨਾਲ ਕਿੱਦਾਂ ਹੋਣਾ ਚਾਹੀਦਾ। ਗੁਰੂ ਸਿੱਖਾਂ ਨੂੰ ਇੰਨਾ ਪਿਆਰ ਕਰਦਾ ਹੈ ਕਿ ਆਪਣਾ ਸਰਬੰਸ ਲਗਾ ਕੇ ਕਹਿੰਦਾ ਇਹਨੂੰ ਉਤਰਨ ਕੇ ਸੀਸ ਪਰ, ਬਾਹਰ ਕੀ ਸੁਖ ਚਾਰ, ਚਾਰ ਮੂਏ ਤੋਂ ਕਿਆ ਹੋਊਗਾ ਜੀਵਤ ਕਈ ਹਜ਼ਾਰ। ਤੇ ਸਿੱਖ ਕਿੰਨਾ ਪਿਆਰ ਕਰਦੇ ਨੇ ਗੁਰੂ ਨੂੰ ਆਪਣੇ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਪੀਰ ਬੁੱਧੂ ਸ਼ਾਹ ਜੀ ਦੀ ਗੱਲ ਕਰਕੇ ਗਏ। ਪੀਰ ਬੁੱਧੂ ਸ਼ਾਹ ਜੀ 1647 ਦਾ ਇਹਨਾਂ ਦਾ ਜਨਮ ਹੈ, ਔਰ ਕਲਗੀਧਰ ਸੱਚੇ ਪਾਤਸ਼ਾਹ ਜੀ ਤੋਂ ਇਹ ਵੱਡੇ ਨੇ ਪੀਰ ਬੁੱਧੂ ਸ਼ਾਹ ਦੀ ਉਮਰ ਵਿੱਚ। ਔਰ ਇਹਨਾਂ ਦੇ ਪਿਤਾ ਦਾ ਨਾਮ ਹੈ ਗੁਲਾਮ ਸੈਯਦ ਸ਼ਾਹ। 1647 ਦਾ ਜਨਮ ਹੈ, ਬਚਪਨ ਤੋਂ ਹੀ ਬੰਦਗੀ ਦੀ ਲੱਤ ਲੱਗੀ, ਇਬਾਦਤ ਵਿੱਚ ਜੁੜਨ ਲੱਗ ਗਏ। ਨਾਮ ਤੇ ਮਾਤਾ ਪਿਤਾ ਨੇ ਬਦਰੁੱਤ ਦੀਨ ਰੱਖਿਆ ਸੀ, ਪਰ ਜਿਹੜਾ ਬੰਦਾ ਭਜਨ ਬੰਦਗੀ ਵਾਲੇ ਪਰ ਪਾਸੇ ਤੁਰਦਾ ਲੋਕ ਉਹਨੂੰ ਬੁੱਧੂ ਜਿਹਾ ਸਮਝਦੇ ਨੇ, ਤੇ ਲੋਕ ਇਹਨੂੰ ਵਿਆਗ ਨਾਲ ਬੁੱਧੂ ਕਹਿਣ ਲੱਗ ਗਏ। ਪਰ ਪਰਮਾਤਮਾ ਦੀ ਬੰਦਗੀ ਵਿੱਚ ਐਸਾ ਰੰਗਿਆ ਗੁਰੂ ਦਾ ਪਿਆਰਾ, ਰੱਬ ਦਾ ਪਿਆਰਾ, ਉਹ ਸੱਚਮੁੱਚ ਪਰਮਾਤਮਾ ਦੇ ਪਿਆਰ ਵਿੱਚ ਰੰਗੀ ਰੂਹ ਸੰਸਾਰ ਤੇ ਪੀਰ ਬੁੱਧੂ ਸ਼ਾਹ ਕਰਕੇ ਪ੍ਰਸਿੱਧ ਹੋਇਆ। ਭੀਖਣ ਸ਼ਾਹ ਜਿਹੜਾ ਹੈ ਨਾ, ਜਿਹਦਾ ਜ਼ਿਕਰ ਆਪਾਂ ਸੁਣਿਆ ਹੋਏਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਪਟਨਾ ਸਾਹਿਬ ਆਉਂਦਾ, ਉਹ ਭੀਖਣ ਸ਼ਾਹ ਵੀ ਉਸ ਸ਼ਧੌਰੇ ਦਾ ਰਹਿਣ ਵਾਲਾ, ਉਹਦੀ ਸੰਗਤ ਕਰਕੇ ਪੀਰ ਬੁੱਧੂ ਸ਼ਾਹ ਇਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਹੁਤ ਸਿਫਤ ਸੁਣੀ, ਬਹੁਤ ਵਡਿਆਈਆਂ ਸੁਣੀਆਂ। ਇਹਦੀ ਪਤਨੀ ਸੀ, ਉਹਦਾ ਨਾਮ ਸੀ ਬੀਬੀ ਨਸੀਰਾ। ਇਹਦੇ ਚਾਰ ਪੁੱਤ ਨੇ। ਇਹ ਬੜਾ ਮੰਨਿਆ ਪਰ ਮੰਨਿਆ ਆਪਣੇ ਇਲਾਕੇ ਦਾ ਪੀਰ ਹੈ ਪੀਰ ਬੁੱਧੂ ਸ਼ਾਹ। ਇਹਨੂੰ ਜਦੋਂ ਪਤਾ ਲੱਗਿਆ ਕਿ ਜਿਹਦੀ ਸਿਫਤ ਮੈਂ ਪੀਰ ਭੀਖਣ ਸ਼ਾਹ ਤੋਂ ਸੁਣਦਾ ਰਿਹਾ, ਉਹ ਗੁਰੂ ਗੋਬਿੰਦ ਸਿੰਘ ਪਟਨੇ ਸਾਹਿਬ ਦੀ ਧਰਤੀ ਤੇ ਆਇਆ, ਮਾਫ ਕਰਨਾ ਪੌਂਟਾ ਸਾਹਿਬ ਦੀ ਧਰਤੀ ਤੇ ਆਇਆ, ਤੇ ਪੀਰ ਬੁੱਧੂ ਸ਼ਾਹ ਪੌਂਟਾ ਸਾਹਿਬ ਦੀ ਧਰਤੀ ਤੇ ਆਉਂਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਜੀ ਟਿਕਾਓ, ਮਨ ਦਾ ਟਿਕਾਓ। ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਟਿਕ ਜਾਓ, ਬੰਦਗੀ ਕਰੋ, ਸਿਮਰਨ ਕਰੋ। ਕਹਿਣ ਲੱਗਿਆ ਜੀ ਰੱਬ ਦੇ ਦੀਦਾਰ ਕਿਵੇਂ? ਸਤਿਗੁਰੂ ਕਹਿਣ ਲੱਗੇ ਅਗਿਆਨਤਾ ਤੇ ਤੰਗ ਦਿਲੀ ਰੁਕਾਵਟਾਂ ਨੇ, ਪਹਿਲਾਂ ਅਗਿਆਨਤਾ ਦੂਰ ਕਰੋ, ਆਪਣੇ ਅੰਦਰ ਦੀ ਤੰਗ ਦਿਲੀ ਦੂਰ ਕਰੋ। ਅਗਿਆਨਤਾ ਕਰਕੇ ਬੰਦਾ ਸੰਸਾਰ ਵਿੱਚ ਜਿਹੜਾ ਉਹ ਮੋਹ ਵਿੱਚ ਫਸਦਾ, ਤੰਗ ਦਿਲੀ ਬੰਦੇ ਨੂੰ ਬੰਦੇ ਤੋਂ ਦੂਰ ਕਰ ਦਿੰਦੀ ਹੈ। ਜਿਹੜੀ ਤੰਗ ਦਿਲੀ ਹੈ ਨਾ ਕਿ ਮੈਂ ਸਿੱਖ ਹਾਂ,
ਜਿਹਨੂੰ ਆਪਾਂ ਕੱਟੜਤਾ ਵੀ ਕਹਿ ਦਿੰਦੇ ਹਾਂ ਕਿ ਮੇਰਾ ਕਿਸੇ ਨਾਲ ਜਿਹੜਾ ਉਹ ਲਿਖੀ ਕੋਈ ਨਹੀਂ, ਇਹ ਤੰਗ ਦਿਲੀ ਹੈ। ਅਤੇ ਸਤਿਗੁਰੂ ਕਹਿੰਦੇ ਤੰਗ ਦਿਲੀ ਦੂਰ ਕਰੋ, ਬੰਦਗੀ ਕਰੋ, ਸਿਮਰਨ ਕਰੋ। ਇਹ ਪੀਰ ਬੁੱਧੂ ਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਬਹੁਤ ਸ਼ਰਧਾਲੂ ਬਣਦਾ ਹੈ। ਉਸ ਵੇਲੇ ਗੁਰੂ ਗੋਬਿੰਦ ਸਿੰਘ ਦੀ ਉਮਰ ਸਿਰਫ 22 ਸਾਲ ਹੈ ਅਤੇ ਪੀਰ ਬੁੱਧੂ ਸ਼ਾਹ ਜੀ ਦੀ ਉਮਰ ਲਗਭਗ 40 ਸਾਲ ਹੈ। ਰੁੱਖ ਚਾਰ, ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਬਹੁਤ ਸ਼ਰਧਾਲੂ ਬਣਿਆ। ਸਤਿਗੁਰੂ ਜੀ ਦੇ ਕੋਲ ਬਹੁਤ ਸਮਾਂ ਰਹਿ ਕੇ ਇਹਨੇ ਰੱਬ ਨੂੰ ਮਿਲਣ ਦੀ ਜਿਹੜੀ ਜੁਗਤ ਸਿੱਖੀ, ਬੰਦਗੀ ਕਰਦਾ ਹੈ। ਕੁਝ ਸਮਾਂ ਇਹ ਪਾਉਂਟਾ ਸਾਹਿਬ ਰਹਿ ਕੇ ਵਾਪਸ ਚਲੇ ਗਿਆ। ਸਤਿਗੁਰੂ ਜੀ ਕੋਈ 2-3 ਸਾਲ ਦੇ ਕਰੀਬ ਪਾਉਂਟਾ ਸਾਹਿਬ ਰਹਿੰਦੇ। ਇੱਥੇ ਪੀਰ ਬਿੱਧੂ ਸ਼ਾਹ ਅਕਸਰ ਸਤਿਗੁਰੂ ਦੇ ਦਰਸ਼ਨ ਕਰਨ ਆਉਂਦਾ ਹੈ। ਔਰੰਗਜ਼ੇਬ ਨੇ 500-700 ਪਠਾਨ, ਕਈ ਕਹਿੰਦੇ ਨੇ ਕਿ 500 ਦਾ ਜ਼ਿਕਰ ਕਰਦੇ, ਆਪਣੀ ਫੌਜ ਵਿੱਚੋਂ ਕੱਢ ਦਿੱਤੇ। ਇਹ ਕਾਲੇ ਖਾਂ, ਪਿਆਦ ਖਾਂ ਆਦਿ 500 ਪਠਾਨ ਜਿਹੜੇ ਨੇ ਇਹ ਪੀਰ ਬੁੱਧੂ ਸ਼ਾਹ ਦੇ ਕੋਲ ਆਏ ਕਿ ਸਾਨੂੰ ਕਿਤੇ ਨੌਕਰੀ ਰਖਵਾ ਦਿਓ। ਔਰੰਗਜ਼ੇਬ ਨੇ ਆਖਿਆ ਸੀ ਜਿਹੜਾ ਇਹਨਾਂ ਨੂੰ ਨੌਕਰੀ ਦੇਵੇਗਾ ਉਹ ਹਕੂਮਤ ਦਾ ਬਾਗੀ ਹੋਏਗਾ ਤੇ ਉਹਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਇਹ ਪੀਰ ਬੁੱਧੂ ਸ਼ਾਹ ਕੋਲ ਪਠਾਨ ਆਏ, ਕਹਿਣ ਲੱਗੇ ਜੀ ਸਾਨੂੰ ਕਿਤੇ ਨੌਕਰੀ ਰਖਾ ਦਿਓ। ਪੀਰ ਬੁੱਧੂ ਸ਼ਾਹ ਕਹਿੰਦਾ ਜਿਸ ਵੇਲੇ ਦੁਨੀਆਂ ਦੇ ਤਖ਼ਤੇ 'ਤੇ ਤੁਹਾਡੀ ਕੋਈ ਬਾਹ ਬਣੇਗਾ ਤੇ ਉਹ ਗੁਰੂ ਗੋਬਿੰਦ ਸਿੰਘ ਹੈ। ਇਹ ਆਪਣੇ ਨਾਲ ਉਹਨਾਂ ਪਠਾਨਾਂ ਨੂੰ ਲਿਆ, ਪਾਉਂਟਾ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਚਲੇ ਗਿਆ। ਪੀਰ ਬੁੱਧੂ ਸ਼ਾਹ ਦਾ ਕਿੰਨਾ ਅਦਬ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਵਿੱਚ। ਸਤਿਗੁਰੂ ਕਹਿਣ ਲੱਗੇ ਪੀਰ ਜੀ ਇਹਨਾਂ ਦਾ ਭਰੋਸਾ ਨਹੀਂ, ਪਰ ਤੁਹਾਡੇ ਨਾਲ ਪਿਆਰ ਹੈ ਤੇ ਤੁਹਾਡੀ ਗਵਾਹੀ ਤੇ ਤੁਹਾਡੀ ਜ਼ਿੰਮੇਵਾਰੀ ਤੇ ਅਸੀਂ ਇਹਨਾਂ ਨੂੰ ਆਪਣੀ ਫੌਜ ਵਿੱਚ ਰੱਖਦੇ। ਚਲੋ ਉਹ 500 ਪਠਾਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਨੌਕਰ ਹੋਇਆ। ਭੰਗਾਣੀ ਦੇ ਯੁੱਧ ਦਾ ਸਮਾਂ ਬਣਿਆ, 400 ਪਠਾਨ ਸਤਿਗੁਰੂ ਨੂੰ ਧੋਖਾ ਦੇ ਗਿਆ। ਕਾਲੇ ਮਾਲ ਨਾਮ ਦਾ ਇੱਕ ਪਠਾਨ, ਉਹਦੀ ਅਗਵਾਈ ਵਿੱਚ 100 ਜਰਨੈਲ ਫੌਜ ਸਿਪਾਹੀ ਜਿਹੜਾ ਹੈ ਉਹ 100 ਫੌਜੀ ਕਾਲੇ ਖਾਂ ਦੀ ਅਗਵਾਈ ਦੇ ਵਿੱਚ ਜਿਹੜਾ ਉਹ ਸਤਿਗੁਰੂ ਦੇ ਨਾਲ ਜਾਂ 400 ਪਠਾਨ ਚਲੇ ਗਏ। ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਿਆ ਕਿ ਜੰਗ ਦਾ ਸਮਾਂ ਬਣ ਗਿਆ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਧੋਖਾ ਦੇ ਕੇ ਮੇਰੇ ਬਣਾਏ ਪਠਾਨਾਂ 'ਚੋਂ 400 ਪਠਾਨ ਦੌੜ ਗਏ ਨੇ। ਇਹਨੇ ਢੰਡੋਰਾ ਪਰਵਾਇਆ ਕਿ ਜਿਹੜਾ ਖੁਦਾ ਦੇ ਨਾਮ 'ਤੇ ਕੁਰਬਾਨੀ ਦੇਣਾ ਚਾਹੁੰਦਾ ਮੇਰੇ ਨਾਲ ਕਰੋ। 700 ਮੁਰੀਦ, 4 ਪੁੱਤ ਅਤੇ ਆਪਣੇ 2-3 ਭਰਾਵਾਂ ਨੂੰ ਨਾਲ ਲੈ ਕੇ ਪੀਰ ਬੁੱਧੂ ਸ਼ਾਹ ਪਾਉਂਟਾ ਸਾਹਿਬ ਪਹੁੰਚਦੇ। ਕਲਕੀਧਰ ਸੱਚੇ ਪਾਤਸ਼ਾਹ ਭੰਗਾਣੀ ਦੇ ਮੈਦਾਨ ਵਿੱਚ ਜਾ ਚੁੱਕੇ ਨੇ। ਮੈਂ ਗੱਲ ਕੇਵਲ ਪਿਆਰ ਦੀ ਕਰਨੀ ਹੈ, ਹਾਲਾਂਕਿ ਜੰਗ ਦਾ ਇੱਕ ਪੱਖ ਗੁਰੂ ਗੋਬਿੰਦ ਸਿੰਘ ਦਾ ਵੱਖਰਾ ਪੱਖ ਹੈ, ਪਰ ਉਹ ਪੱਖ ਜਦੋਂ ਜੰਗ ਦੀ ਗੱਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਰਦੇ ਨੇ ਨਾ, ਤੇ ਸਤਿਗੁਰੂ ਕਹਿੰਦੇ ਜੰਗ ਕਰਨਾ ਮੇਰਾ ਸ਼ੌਂਕ ਨਹੀਂ, ਜੰਗ ਕਰਨਾ ਮੇਰੀ ਮਜਬੂਰੀ ਹੈ, ਕਿਉਂਕਿ ਚੁਕਾਰ ਹਮਾ ਹੀਰ ਤੇ ਦਰ ਮੁਜਸਤ ਹਲਾਲ ਅਸਤ ਉਦਨ ਬਾ ਸ਼ਮਸ਼ੀਰ ਦਸਤ। ਜਦੋਂ ਸਾਰੇ ਕਿਲੇ ਵਸੀਲਿਆਂ ਤੋਂ ਗੱਲ ਲੰਘ ਜਾਏ ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਜਾਇਜ਼ ਹੈ। ਸਤਿਗੁਰੂ ਕਹਿੰਦੇ ਤਲਵਾਰ ਦੇ ਮੁੱਠੇ ਨੂੰ ਹੱਥ ਮੈਂ ਉਦੋਂ ਪਾਇਆ ਜਦੋਂ ਗੱਲ ਸਾਰੇ ਕਿਲੇ ਵਸੀਲਿਆਂ ਤੋਂ ਲੰਘ ਗਈ, ਜਿੱਦਾਂ ਕਹਿਣ ਦੇ ਸਿਰੋਂ ਪਾਣੀ ਲੰਘ ਗਿਆ, ਫਿਰ ਮੈਨੂੰ ਤਲਵਾਰ ਪੜ੍ਹਨੀ ਪਈ। ਰੁੱਖ ਚਾਰ, ਭੰਗਾਣੀ ਦੇ ਮੈਦਾਨ ਵਿੱਚ ਸਤਿਗੁਰੂ ਜਾ ਚੁੱਕੇ। ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਿਆ ਕਿ ਸਤਿਗੁਰੂ ਉੱਥੇ ਚਲੇ ਗਏ ਨੇ। ਪੀਰ ਬੁੱਧੂ ਸ਼ਾਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ, ਆਪਣੇ 700 ਮੁਰੀਦ, 4 ਪੁੱਤ, ਆਪਣੇ ਭਰਾਵਾਂ ਨੂੰ ਲੈ ਕੇ ਭੰਗਾਣੀ ਦੇ ਮੈਦਾਨ ਵਿੱਚ ਜਾਂਦੇ। ਚਲੋ ਉੱਥੇ ਜੰਗ ਮੱਚਦੇ, ਇਸ ਜੰਗ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਦਾ ਪਿਆਰ ਵੇਖਣ ਵਾਲੀ ਖੇਡ ਹੈ।
ਪਰ ਉਸ ਪਾਸੇ ਵੀ ਜਾਣਾ ਸਮਾਂ ਸੀਮਤ ਹੈ। ਫਿਰ ਗੁਰੂ ਸ਼ਾਹ ਦੀ ਸਹਾਇਤਾ ਹੋ ਗਈ। ਸਤਿਗੁਰੂ ਜੀ ਨੇ ਭਗਾਣੀ ਦਾ ਜੰਗ ਜਿੱਤ ਲਿਆ। ਇਸ ਜੰਗ ਦੇ ਵਿੱਚ ਪੀਰ ਬੁੱਧੂ ਸ਼ਾਹ ਦੇ ਦੋ ਪੁੱਤ ਸ਼ਹੀਦ ਹੋ ਗਏ, ਬਹੁਤ ਸਾਰੇ ਇਹਦੇ ਮੁਰੀਦ ਸ਼ਹੀਦ ਹੋ ਗਏ। ਜੰਗ ਦੀ ਸਮਾਪਤੀ ਹੋਈ, ਜੰਗ ਜਿੱਤਿਆ। ਕਲਗੀਧਰ ਸੱਚੇ ਪਾਤਸ਼ਾਹ ਵਾਪਸ ਆਉਂਦੇ ਨੇ, ਜੰਗ ਜਿੱਤ ਕੇ ਸਿੱਖਾਂ ਨੂੰ ਇਨਾਮ ਵੰਡਦੇ ਨੇ। ਪੀਰ ਬੁੱਧੂ ਸ਼ਾਹ ਪਿੱਛੇ ਖੜੇ, ਕਲਗੀਧਰ ਸੱਚੇ ਪਾਤਸ਼ਾਹ ਆਵਾਜ਼ ਮਾਰ ਕੇ ਕੋਲ ਬੁਲਾਉਂਦੇ ਨੇ। ਪੀਰ ਬੁੱਧੂ ਸ਼ਾਹ ਨੇੜੇ ਆਉਂਦਾ। ਸਤਿਗੁਰੂ ਜੀ ਕਹਿਣ ਲੱਗੇ, ਵੀਰ ਜੀ ਤੁਹਾਡੇ ਦੋ ਪੁੱਤ ਮੈਦਾਨੀ ਜੰਗ ਵਿੱਚ ਸ਼ਹੀਦ ਹੋਏ, ਕੋਈ ਅਫਸੋਸ ਨਹੀਂ? ਪਿਆਰ ਕਰਨ ਵਾਲਾ ਪੀਰ ਬੁੱਧੂ ਸ਼ਾਹ ਹੱਥ ਜੋੜ ਕੇ ਕਹਿੰਦੇ, ਸਤਿਗੁਰੂ ਮੇਰੇ ਪੁੱਤ ਮੈਦਾਨੀ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਗਏ, ਮੇਰੇ ਵਾਸਤੇ ਵੱਡੀ ਖੁਸ਼ੀ ਹੈ। ਪਰ ਸਭ ਤੋਂ ਵੱਡੀ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਮੇਰੇ ਪੁੱਤ ਤੁਹਾਡੀ ਖਾਤਰ ਤੁਹਾਡੇ ਵੱਲੋਂ ਜੰਗ ਦੇ ਮੈਦਾਨ ਵਿੱਚ ਲੜ ਕੇ ਸ਼ਹੀਦ ਹੋਏ। ਸਤਿਗੁਰੂ ਨੇ ਅਸੀਸ ਦਿੱਤੀ। ਸਤਿਗੁਰੂ ਕਹਿਣ ਲੱਗੇ, ਕੋਈ ਮੰਗੋ। ਪੀਰ ਬੁੱਧੂ ਸ਼ਾਹ ਤੋਂ ਜੋੜ ਕੇ ਕਹਿੰਦੇ, ਜੀ ਤੁਹਾਡਾ ਦਿੱਤਾ ਬਹੁਤ ਕੁਝ, ਜੇ ਤੁਰਤੇ ਉਹਦੇ ਕੋਈ ਪਿਆਰ ਦੀ ਨਿਸ਼ਾਨੀ ਦੇ ਵਜੋਂ ਸਤਿਗੁਰੂ ਨੇ ਆਪਣੇ ਕੇਸ ਤੇ ਕੰਘਾ ਉਹਦੀ ਝੋਲੀ ਵਿੱਚ ਪਾ ਦਿੱਤਾ। ਚਲੋ ਉਹਨਾਂ ਨੇ ਸੰਭਾਲ ਕੇ ਰੱਖਿਆ। ਕਲਗੀਧਰ ਸੱਚੇ ਪਾਤਸ਼ਾਹ ਬਹੁਤ ਵਾਰ ਪੀਰ ਬੁੱਧੂ ਸ਼ਾਹ ਨੂੰ ਛਡਾਉਣੇ ਮਿਲਣ ਜਾਂਦੇ ਰਹੇ। ਸਤਿਗੁਰੂ ਅਕਸਰ ਇਹਦੇ ਕੋਲ ਆਉਂਦੇ। ਇੱਕ ਵਾਰ ਜਦੋਂ ਸਤਿਗੁਰੂ ਜੀ ਪੀਰ ਬੁੱਧੂ ਸ਼ਾਹ ਨੂੰ ਮਿਲਣ ਗਏ ਨਾ ਜੀ ਇਹਦੇ ਘਰ, ਤੇ ਉਸਮਾਨ ਖਾਨ ਉਸ ਇਲਾਕੇ ਦਾ ਫੌਜੀ ਜਰਨੈਲ, ਉਹਨੂੰ ਪਤਾ ਲੱਗਿਆ ਕਿ ਇਹਦੇ ਘਰ ਗੁਰੂ ਗੋਬਿੰਦ ਸਿੰਘ ਰੁਕੇ ਨੇ, ਦੋ ਪੁੱਤ ਉਹਦੇ ਭੰਗਾਣੀ ਦੇ ਯੁੱਧ ਵਿੱਚ ਸ਼ਹੀਦ ਹੋਏ। ਹੁਣ ਮੈਂ ਬੇਨਤੀ ਕਰਨ ਲੱਗਿਆ ਕਿ ਪੀਰ ਬੁੱਧੂ ਸ਼ਾਹ ਦੇ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਰੁਕੇ। ਉਸਮਾਨ ਖਾਨ ਫੌਜ ਲੈ ਕੇ ਪਹੁੰਚ ਰਹੇ। ਉਹ ਕਹਿੰਦਾ ਕਿ ਤੇਰੇ ਘਰ ਗੁਰੂ ਗੋਬਿੰਦ ਸਿੰਘ ਰੁਕਿਆ, ਉਹਨੂੰ ਸਾਡੇ ਹਵਾਲੇ ਕਰ ਦੇ। ਪੀਰ ਬੁੱਧੂ ਸ਼ਾਹ ਕਹਿੰਦਾ, ਇਹ ਨਹੀਂ ਹੋ ਸਕਦਾ, ਮੇਰੇ ਘਰ ਗੁਰੂ ਗੋਬਿੰਦ ਸਿੰਘ ਆਏ ਤੇ ਮੈਂ ਤੁਹਾਨੂੰ ਪਕੜਾ ਦੇ, ਇਹ ਨਹੀਂ ਹੋਏਗਾ। ਉਹਨੇ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਹਵੇਲੀ ਦੇ ਪਿਛਲੇ ਦਰਵਾਜ਼ਿਓਂ ਬਾਹਰ ਕੱਢ ਦਿੱਤਾ, ਦਰਵਾਜ਼ਾ ਬੰਦ ਕਰ ਦਿੱਤਾ। ਉਸਮਾਨ ਖਾਨ ਕਹਿੰਦਾ, ਜੇ ਗ੍ਰਿਫਤਾਰ ਨਹੀਂ ਕਰਵਾ ਸਕਦਾ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਦਾ ਖੂਨ ਹੀ ਲਿਆ ਦੇ, ਅਸੀਂ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕਰਾਂਗੇ ਕਿ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਕਤਲ ਕਰ ਦਿੱਤਾ। ਪੀਰ ਬੁੱਧੂ ਸ਼ਾਹ ਕਹਿੰਦਾ, ਚਲੋ ਮੈਂ ਸੋਚ ਰਿਹਾ। ਘਰ ਗਿਆ, ਪਰਿਵਾਰ ਨਾਲ ਸਲਾਹ ਕਰਦਾ ਹੈ। ਕਲਗੀਧਰ ਸੱਚੇ ਪਾਤਸ਼ਾਹ ਜਾ ਚੁੱਕੇ ਨੇ, ਇਹ ਆਪਣੇ ਘਰ ਪਰਿਵਾਰ ਨਾਲ ਬੱਚਿਆਂ ਨਾਲ ਸਲਾਹ ਕਰਦਾ ਹੈ ਕਿ ਹਵੇਲੀ ਤੇ ਹਮਲਾ ਹੋਣਾ ਤੇ ਆਪਣਾ ਪਰਿਵਾਰ ਤਬਾਹ ਹੋ ਜਾਣਾ। ਉਹਨਾਂ ਨੇ ਖੂਨ ਮੰਗੇ ਦਾ ਪੁੱਤਰ ਸੀ ਸੈਯਦ ਅਸ਼ਰਫ। ਸੈਯਦ ਅਸ਼ਰਫ ਕਹਿੰਦਾ, ਪੀਰ ਜੀ ਨੂੰ, ਪਿਤਾ ਜੀ ਤੁਸੀਂ ਮੇਰਾ ਸੀਸ ਵੱਟ ਦਿਓ ਤੇ ਮੇਰਾ ਖੂਨ ਬਰਤਨ ਵਿੱਚ ਪਾ ਕੇ ਤੇ ਉਸਮਾਨ ਖਾਨ ਨੂੰ ਦੇ ਦਿਓ, ਮੈਨੂੰ, ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ। ਇਹ ਪਿਆਰ ਕਰਨ ਵਾਲੀ ਦੀ ਗੱਲ ਹੈ, ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਦਾ ਹੈ। ਦੋ ਪੁੱਤ ਮੈਦਾਨੀ ਜੰਗ ਵਿੱਚ ਸ਼ਹੀਦ ਹੋ ਗਏ ਨੇ, ਤੀਸਰੇ ਪੁੱਤੇ ਦਾ ਸੀਸ ਕਲਮ ਕਰਕੇ, ਤੀਸਰੇ ਪੁੱਤ ਦਾ ਸੀਸ ਕਲਮ ਕੀਤਾ, ਉਹਦਾ ਖੂਨ ਬਰਤਨ ਵਿੱਚ ਪਾ ਕੇ ਉਸਮਾਨ ਖਾਨ ਨੂੰ ਦੇ ਦਿੱਤਾ। ਉਸਮਾਨ ਖਾਨ ਖੂਨ ਲੈ ਕੇ ਜਦੋਂ ਔਰੰਗਜ਼ੇਬ ਦੇ ਦਰਬਾਰ ਵਿੱਚ ਪਹੁੰਚਿਆ ਤੇ ਸ਼ਾਹੀ ਕਾਜ਼ੀ ਨੇ ਬਰਤਨ ਤੋਂ ਢੱਕਣ ਚੁੱਕਿਆ ਤੇ ਖੂਨ ਨੂੰ ਕੱਟ ਕੇ ਪਤਾ ਕੀ ਕਹਿੰਦਾ ਹੈ, ਉਸਮਾਨ ਖਾਨ ਇਹ ਗੁਰੂ ਗੋਬਿੰਦ ਸਿੰਘ ਦਾ ਖੂਨ ਨਹੀਂ। ਕਹਿੰਦਾ, ਕਿਵੇਂ ਪਤਾ ਲੱਗਿਆ? ਕਹਿੰਦਾ, ਉਹ ਗੁਰੂ ਗੋਬਿੰਦ ਸਿੰਘ ਉਹ ਬਹੁਤ ਵੱਡਾ ਮਹਾਨ ਜਰਨੈਲ, ਮਹਾਕਰਾਮਾਤੀ, ਮਹਾਨ ਪੁਰਖ ਹੈ। ਉਹਦਾ ਖੂਨ ਇੰਨਾ ਕੁ ਗਰਮ ਹੈ ਕਿ ਹੁਣ ਤੱਕ ਬਰਤਨ ਪੱਟ ਜਾਣਾ ਸੀ, ਗੁਰੂ ਗੋਬਿੰਦ ਸਿੰਘ ਦਾ ਖੂਨ ਨਹੀਂ।
ਅਸਮਾਨ ਪਾਣੀ ਕਹਿੰਦਾ ਕਿ ਮੈਨੂੰ ਧੋਖਾ ਦਿੱਤਾ ਵੀ ਗੁਰੂ ਸ਼ਾਹ ਨੇ, ਇਹਨੇ ਹਮਲਾ ਕੀਤਾ, ਚਲੋ ਮੈਂ ਗੱਲ ਮੁਕਾਵਾਂ, ਸਮਾਂ ਹੋ ਗਿਆ ਹੈ। ਫਿਰ ਬੁੱਧੂ ਸ਼ਾਹ ਉਹਨਾਂ ਦੀ ਹਵੇਲੀ ਨੂੰ ਘੇਰਾ ਪਾਇਆ ਇਸ ਅਸਮਾਨ ਖਾਨ ਨੇ। ਫਿਰ ਬੁੱਧੂ ਸ਼ਾਹ ਜੀ ਦੇ ਦੋ ਤਿੰਨ ਪੁੱਤਰ ਸ਼ਹੀਦ ਹੋ ਚੁੱਕੇ, ਦੋ ਭੰਗਾਣੀ ਦੇ ਮੈਦਾਨ ਵਿੱਚ, ਇੱਕ ਪੁੱਤਰ ਦਾ ਸੀਸ ਕਲਮ ਕੀਤਾ ਜਦੋਂ ਖੂਨ ਦਿੱਤਾ, ਚੌਥਾ ਪੁੱਤਰ ਸੀ ਉਹਨੂੰ ਆਪਣੀ ਪਤਨੀ ਨੂੰ ਕਹਿੰਦੇ ਇਹਨੂੰ ਨਾਲ ਲੈ ਕੇ ਨਾਲ ਚਲੇ ਜਾ, ਨਾਲ ਵੇਦਨੀ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਦਾ ਸ਼ਰਧਾਲੂ ਸੀ। ਇਹ ਬੀਬੀ ਨਸੀਰਾ ਤੇ ਇੱਕ ਪੁੱਤ ਉਹਦੇ ਪਰਿਵਾਰ ਨੂੰ ਬੀਬੀ ਨਸੀਰਾ ਦੇ ਨਾਲ ਪੀਰ ਬੁੱਧੂ ਸ਼ਾਹ ਨੇ ਨਾਲ ਭੇਜ ਦਿੱਤਾ, ਆਪ ਹੀ ਗੜੀ ਵਿੱਚ ਆਪਣੀ ਹਵੇਲੀ ਵਿੱਚ ਡਟ ਗਿਆ। ਉਸਮਾਨ ਖਾਨ ਨੇ ਹਮਲਾ ਕੀਤਾ, ਇਹਦੇ ਚੇਲੇ ਦੇ ਸਿਪਾਹੀਆਂ ਨੇ ਮੁਕਾਬਲਾ ਕੀਤਾ, ਆਖਰ ਪੀਰ ਬੁੱਧੂ ਸ਼ਾਹ ਨੂੰ ਇਹਨਾਂ ਨੇ ਪਕੜ ਲਿਆ। ਉਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਨੂੰ ਪਕੜ ਲਿਆ। ਉਸ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਨ ਵਾਲੇ ਪੀਰ ਬੁੱਧੂ ਸ਼ਾਹ ਨੂੰ ਉਸਮਾਨ ਖਾਨ ਜੰਗਲ ਵਿੱਚ ਲੈ ਕੇ ਜਾਂਦਾ। ਕਈ ਵਿਦਵਾਨ ਕਹਿੰਦੇ ਨੇ ਇਹਨੇ ਪਹਿਲਾਂ ਪੀਰ ਬੁੱਧੂ ਸ਼ਾਹ ਨੂੰ ਧਰਤੀ ਵਿੱਚ ਦੱਬ ਦਿੱਤਾ, ਉਹਦਾ ਸੀਸ ਜਿਹੜਾ ਸੀ ਸਿਰ ਬਾਹਰ ਰੱਖਿਆ, ਉਹਦੇ 'ਤੇ ਗਿੱਲਾ ਗੁੜ ਪਾ ਦਿੱਤਾ ਗਿਆ, ਗੁੜ ਪਾ ਕੇ ਉਹਦੇ ਸ਼ਿਕਾਰੀ ਕੁੱਤੇ ਛੱਡ ਦਿੱਤੇ। ਉਹ ਕੁੱਤਾ ਜਿਹੜਾ ਗੁੜ ਦਾ ਬੜਾ ਸ਼ੌਕੀਨ ਹੈ, ਉਹਨੇ ਪੀਰ ਬੁੱਧੂ ਸ਼ਾਹ ਦੇ ਚਿਹਰੇ ਨੂੰ ਰੋਚ ਰੋਚ ਕੇ ਖਾਧਾ, ਫਿਰ ਜ਼ਮੀਨ 'ਚੋਂ ਕੱਢਿਆ। ਪੀਰ ਬੁੱਧੂ ਸ਼ਾਹ ਦੇ ਤਨ ਦੇ ਟੁਕੜੇ ਟੁਕੜੇ ਕਰਕੇ ਇਹਨੇ ਸਟੋਰੇ ਦੇ ਦਰਵਾਜ਼ਿਆਂ 'ਤੇ ਲਟਕਾ ਦਿੱਤੇ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਉਸ ਹਕੂਮਤ ਦੇ ਬਾਗੀ ਦਾ ਮਦਦਗਾਰ ਬਣੇਗਾ, ਅਸੀਂ ਉਹਦਾ ਆਹ ਹਾਲ ਕਰਦੇ ਹਾਂ। ਗੁਰੂ ਨੂੰ ਪਿਆਰ ਕਰਨ ਵਾਲਾ ਪੀਰ ਬੁੱਧੂ ਸ਼ਾਹ ਗੁਰੂ ਨੂੰ ਕਿੰਨਾ ਕੁ ਪਿਆਰ ਕਰਦਾ ਹੋਏਗਾ ਕਿ ਜਿਹਨੇ ਗੁਰੂ ਦੀ ਖਾਤਰ ਆਪਣੇ ਪੁੱਤ ਕੁਰਬਾਨ ਕਰਤੇ, ਫਿਰ ਆਪਣਾ ਆਪਾ ਵੀ ਗੁਰੂ ਦੀ ਖਾਤਰ ਨੇ ਕੁਰਬਾਨ ਕਰ ਦਿੱਤਾ। ਪੀਰ ਬੁੱਧੂ ਸ਼ਾਹ ਗੁਰੂ ਨੂੰ ਪਿਆਰ ਦਾ ਸਬੂਤ ਦਿੰਦਿਆਂ ਸ਼ਹਾਦਤ ਦਾ ਜਾਮ ਪੀਆ। ਜੇ ਗੁਰੂ ਗੋਬਿੰਦ ਸਿੰਘ ਸਿੱਖਾਂ ਨੂੰ ਪਿਆਰ ਕਰਦਾ ਹੈ ਤਾਂ ਬੇਨਤੀ ਕਰਾਂ ਗੁਰੂ ਨੂੰ ਪਿਆਰ ਕਰਨ ਵਾਲੇ ਸਿੱਖਾਂ ਨੇ ਵੀ ਹੱਥ ਕਰਾਈ ਹੈ। ਗੁਰੂ ਕਿਰਪਾ ਕਰੇ ਸਾਡਾ ਵੀ ਕੋਈ ਏਦਾਂ ਦਾ ਪਿਆਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਬਣ ਸਕੇ, ਅਸੀਂ ਗੱਲ ਕੀਤਾ ਸੱਚੇ ਪਾਤਸ਼ਾਹ ਨੇ ਦੇ ਚਰਨਾਂ ਦੇ ਭਾਵੇ ਬਣੀਏ, ਗੁਰੂ ਨੂੰ ਪਿਆਰ ਕਰੀਏ, ਜਿਨ੍ਹਾਂ ਦੇ ਕੇਸਲਾ ਦੇ ਸਾਬਤ ਮੁਬਾਰਕ ਠੰਡੇ ਬਾਟੇ ਦਾ ਅੰਮ੍ਰਿਤ ਛਕੋ, ਜਿਨ੍ਹਾਂ ਦੇ ਕੇਸਲਾ ਇਕੱਠੇ ਕਿਰਪਾ ਕਰੋ, ਕੇਸਲਾਰੇ ਰੱਖੀਏ, ਠੰਡੇ ਬਾਟੇ ਦਾ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤਰ ਬਣ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਦੀ ਜਿੰਨੀ ਵੀ ਆਪਾਂ ਸਿਫਤ ਕਰ ਲਈਏ ਇਹ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ। ਮੈਂ ਬੇਨਤੀ ਕੀਤੀ ਰੱਬ ਵਿੱਚ ਇੱਕ ਜਨਮ ਨਹੀਂ ਕਈ ਜਨਮ ਲੈ ਕੇ ਵੀ ਜੇ ਅਸੀਂ ਗੁਰੂ ਗੋਬਿੰਦ ਸਿੰਘ ਦੀ ਸਿਫਤ ਕਰਦੇ ਰਹਾਂਗੇ ਤੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਨੂੰ ਅਸੀਂ ਤਿਆਰ ਨਹੀਂ ਕਰ ਸਕਦੇ। ਦਾਸ ਵੱਲੋਂ ਹੋਈਆਂ ਬਹੁਤ ਸਾਰੀਆਂ ਭੁੱਲਾਂ ਆਪ ਸਰਬੱਤ ਸੰਗਤ ਬਖਸ਼ਣ ਯੋਗ, ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਦੇਣਾ। ਬਹੁਤ ਬਹੁਤ ਧੰਨਵਾਦ ਪਰ ਜਸਵੰਤ ਸਿੰਘ ਜੀ ਕੁੰਮਣ ਪ੍ਰਧਾਨ ਸਾਹਿਬ ਔਰ ਸਵੇਤ ਸੈਕਟਰੀ ਸਾਹਿਬ ਜਸਵਿੰਦਰ ਸਿੰਘ ਜੀ, ਇਹਨਾਂ ਦਾ ਧੰਨਵਾਦ। ਆਪ ਸਰਬੱਤ ਸੰਗਤਾਂ ਦਾ ਧੰਨਵਾਦ। ਭਾਈ ਅਜੀਤ ਸਿੰਘ ਜੀ, ਵਿੱਜੀ ਸਾਹਿਬ ਸਿੰਘ ਸਾਹਿਬ, ਗਿਆਨੀ ਕਬੀਰ ਸਿੰਘ ਜੀ, ਅਕਾਲ ਤਖਤ ਸਾਹਿਬ, ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ। ਆਓ ਆਸੀਸ ਦਿਓ, ਗੁਰੂ ਬਖਸ਼ ਫਤਿਹ ਦੀ ਸਾਂਝ ਪਾਈਏ, ਅਦਬ ਸਤਿਕਾਰ ਸਾਹਿਬ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।